ਸਰ ਮੇਰਾ ਨਾਮ ਦਵਿੰਦਰ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਮੀਰਪੁਰ ਸਰ ਮੁੱਦਾ ਇਹ ਹੈ ਮੈਂ ਜਦੋਂ ਤੋਂ ਮੈਂ ਇੱਥੇ 1.5 ਸਾਲ ਪਹਿਲਾਂ ਜੁਆਇਨ ਕੀਤਾ ਅਤੇ ਜਦੋਂ ਤੋਂ ਮੈਂ ਆਈ ਹਾਂ ਸਰ ਇੱਥੇ ਕੂੜੇ ਦੀ ਪਹਿਲਾਂ ਡਸਟਬਿਨ ਪਏ ਸੀ ਵੱਡੇ ਵੱਡੇ ਬਟ ਹੁਣ ਉਹ ਡਸਟਬਿਨ ਤਾਂ ਹਟ ਗਏ ਆ ਇੱਥੇ ਹਰ ਰੋਜ਼ ਡੇਲੀ ਐਂਟਰ ਹੁੰਦੇ ਸਰ ਇੰਨਾ ਕੂੜਾ ਹੁੰਦਾ ਨਾ ਸਾਡੇ ਟੀਚਰ ਇੱਥੋਂ ਸਿਲਵਰ ਸਿਟੀ ਤੋਂ ਪੈਦਲ ਆਉਂਦੇ ਆ ਬੱਚੇ ਵੀ ਪੈਦਲ ਆਉਂਦੇ ਆ ਮੱਝਾਂ ਔਰ ਸਾਂਡ ਇੱਥੇ ਬੈਠੇ ਹੀ ਰਹਿੰਦੇ ਆ ਸਰ ਅਤੇ ਸਾਡੇ ਬੱਚਿਆਂ ਨੂੰ ਕਾਫੀ ਪ੍ਰੋਬਲਮ ਹੈ ਸਰ ਉਹਦੇ ਨਾਲ ਅਸੀਂ ਪੂਰੀ ਕੰਪਲੇਂਟ ਵੀ ਮੈਂ ਦੇ ਚੁੱਕੀ ਹਾਂ ਬਟ ਸਾਡੀ ਕੋਈ ਕੰਪਲੇਂਟ ਸਰ ਸੁਣਵਾਈ ਨਹੀਂ ਹੋ ਰਹੀ ਕੂੜਾ ਮਤਲਬ ਸਵੇਰੇ ਆਉਂਦੇ ਉਦੋਂ ਪਿਆ ਹੁੰਦਾ ਚਲੋ ਬਟ ਰਿਕੁਐਸਟ ਕਰੇ ਤਾਂ ਥੋੜ੍ਹਾ ਬਹੁਤਾ ਚੱਕ ਲੈਂਦੇ ਬਟ ਇਹੀ ਹਾਲ ਹੈ ਸਰ ਮੈਂ ਦਿੱਤੀ ਹੋਈ ਐਮ ਸੀ ਆਫਿਸ ਔਰ SDM ਡੇਰਾ ਬਸੀ SMO ਬਸ ਕੂੜਾ ਚੱਕ ਲੈਂਦੇ ਸਰ ਬਟ ਇਹਦਾ ਕੋਈ ਹੱਲ ਨਹੀਂ ਨਿਕਲ ਰਿਹਾ ਫਾਈਨਲ ਸਰ ਪਰਮਾਨੈਂਟ ਸਲਿਊਸ਼ਨ ਇਹ ਹੋਣਾ ਚਾਹੀਦਾ ਕਿ ਇੱਥੇ ਜਿੱਦਾਂ ਬਾਕੀ ਮੀਰਪੁਰ 'ਚ ਟਾਈਲਾਂ ਲੱਗੀਆਂ ਸਾਡੇ ਇੱਥੇ ਟਾਈਲਾਂ ਲੱਗ ਜਾਣ ਤਾਂ ਕਿ ਇੱਥੋਂ ਕੂੜਾ ਬਿਲਕੁਲ ਹੀ ਹਟ ਜਾਏ ਜੀ ਜਿਸ ਸਕੂਲ ਦੀ ਤੁਸੀਂ ਗੱਲ ਕਰ ਰਹੇ ਹੋ ਐਲੀਮੈਂਟਰੀ ਸਕੂਲ ਮੀਰਪੁਰ ਉਹਨਾਂ ਦੀ ਐਪਲੀਕੇਸ਼ਨ ਸਾਡੇ ਕੋਲ ਆਈ ਸੀ ਅਤੇ ਅਸੀਂ ਇੱਕ ਟੀਮ ਦਾ ਗਠਨ ਕੀਤਾ ਉਹਨਾਂ ਨੇ ਉੱਥੇ ਨਿਰੀਖਣ ਕੀਤਾ ਅਤੇ ਜੋ ਗੰਦਗੀ ਦਾ ਉੱਥੇ ਪਾਇਆ ਗਿਆ ਗੰਦਗੀ ਉੱਥੇ ਮੌਜੂਦ ਸੀ ਉਸਦੇ ਬਾਰੇ ਅਸੀਂ ਨਗਰ ਕੌਂਸਲ ਨੂੰ ਇੰਟੀਮੇਟ ਕਰ ਦਿੱਤਾ ਸੀਗਾ ਕਿ ਵੀ ਇਹਨੂੰ ਇੱਥੋਂ ਸਕੂਲ ਦੇ ਨੇੜਿਆਂ ਦਾ ਸਾਫ਼ ਕੀਤਾ ਜਾਵੇ ਅਤੇ ਜੋ ਲੇਟੈਸਟ ਮੈਨੂੰ ਨਿਊਜ਼ ਮਿਲੀ ਹੈ ਕਿ ਉਹਨਾਂ ਨੇ ਜਿਹੜਾ ਉੱਥੋਂ ਇੱਕ ਵਾਰੀ ਸਾਫ਼ ਕਰ ਦਿੱਤਾ ਹੈ ਅਤੇ ਅੱਗੇ ਕੀ ਕਾਰਵਾਈ ਰਹੇਗੀ ਸਰ ਐਕਚੁਲੀ ਮੈਡਮ ਦੀ ਮੰਗ ਹੈ ਕਿ ਇਹਨੂੰ ਪੱਕਾ ਕੀਤਾ ਜਾਵੇ ਇਹਦੇ ਬਾਰੇ ਤੁਸੀਂ ਮਦਦ ਕਰੋਗੇ ਇਹਦੇ ਬਾਰੇ ਦੇਖੋ ਅਸੀਂ ਤਾਂ ਮਤਲਬ ਕਿ ਵੀ ਸਾਡਾ ਜੋ ਮਕਸਦ ਹੁੰਦਾ ਹੈ ਕਿ ਵੀ ਸਕੂਲ ਦੇ ਵਿੱਚ ਬੱਚੇ ਆਉਂਦੇ ਨੇ ਉਹ ਸਿਹਤਮੰਦ ਰਹਿਣ ਅਤੇ ਸਕੂਲ ਦੇ ਨੇੜੇ ਤੇੜੇ ਕੋਈ ਵੀ ਗੰਦਗੀ ਨਹੀਂ ਹੋਣੀ ਚਾਹੀਦੀ ਅਤੇ ਜੋ ਉੱਥੇ ਗੰਦਗੀ ਹਟਾਉਣ ਦਾ ਕੰਮ ਹੈ ਉਹ ਨਗਰ ਕੌਂਸਲ ਦਾ ਹੈ ਉਹਨਾਂ ਨੂੰ ਅਸੀਂ ਇੰਟੀਮੇਟ ਕਰ ਦਿੱਤਾ ਹੈ ਅਤੇ ਨਗਰ ਕੌਂਸਲ ਨੂੰ ਅਸੀਂ ਇਹੀ ਅਪੀਲ ਕਰਾਂਗੇ ਕਿ ਅਜਿਹੀਆਂ ਜਿਹੜੀਆਂ ਵਿੱਦਿਆ ਦਾ ਮੰਦਿਰ ਹੈ ਇਹੋ ਜਿਹੜੇ ਸਥਾਨ ਹੈ ਨੇ ਜਿੱਥੇ ਕਿ ਲੋਕ ਜ਼ਿਆਦਾ ਤਾਦਾਦ ਦੇ ਵਿੱਚ ਆਉਂਦੇ ਨੇ ਬੱਚੇ ਆਉਂਦੇ ਨੇ ਪੜ੍ਹਨ ਵਾਸਤੇ ਆਉਂਦੇ ਨੇ ਅਤੇ ਉੱਥੇ ਉਹਨਾਂ ਦੀ ਸਿਹਤ ਦੇ ਨਾਲ ਕੋਈ ਖਿਲਵਾੜ ਨਾ ਹੋਵੇ ਉਹਨੂੰ ਗੰਦਗੀ ਨੂੰ ਜਿਹੜਾ ਉੱਥੋਂ ਪਰਮਾਨੈਂਟ ਹਟਾਉਣਾ ਸਾਡੀ ਇੱਕ ਅਪੀਲ ਹੈ ਨਗਰ ਕੌਂਸਲ ਡੇਰਾ ਬੱਸੀ ਨੂੰ।